ਝਾਕ ਡਕੀ ਆ ਆਜਾ 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 ਹੁਣ ਵੜਿਆ ਆ ਲੈਣ ਦੇ ਤੇਰੇ ਪਿਓ ਨੂੰ ਐਤਕੀ ਜਦੋਂ ਛੁੱਟੀ ਆਏ ਨਾ ਮੈਂ ਕਹਿ ਦੇਣਾ ਆ ਮੁੰਡਾ ਮੇਰੇ ਕਾਬੂ ਤੋਂ ਬਾਹਰ ਹੋ ਗਿਆ ਹੁਣ ਬੇਬੇ ਮੈਂ ਕੋਈ ਬਲਦ ਨਹੀਂ ਹੈਗਾ ਜਿਹਨੂੰ ਤੂੰ 24 ਘੰਟੇ ਕਾਬੂ ਪਾਉਣ ਤੇ ਲੱਗੀ ਰਹਿਣੀ ਹੈ ਬਲਦ ਤਾਂ ਫਿਰ ਵੀ ਕਾਬੂ 'ਚ ਆ ਜਾਂਦਾ ਨਾ ਤੂੰ ਮੈਨੂੰ ਐਂ ਦੱਸ ਸਕੂਲ ਤੇਰਾ 2 ਵਜੇ ਬੰਦ ਹੋ ਜਾਂਦਾ ਘਰੇ ਵੜਿਆ ਤੂੰ 7 ਵਜੇ ਕਿੱਥੇ ਸੀ ਤੂੰ ਇੰਨਾ ਟਾਈਮ ਕਿੱਥੇ ਵਾਰਾ ਗਰਦੀ ਕਰਦਾ ਫਿਰਦਾ ਸੀ ਤੂੰ ਬੇਬੇ ਮੈਂ ਨਾ ਤੈਨੂੰ ਇੱਕ ਗੱਲ ਦੱਸਣੀ ਸਾਰਾ ਦਿਨ ਘਰੋਂ ਬਾਹਰ ਹੀ ਰਹਿੰਦਾ ਧਿਆਨ ਨਾਲ ਸੁਣ ਅਵਾਰਾ ਗਰਦੀ ਨਹੀਂ ਬੇਬੇ 8ਵੀਂ ਕਲਾਸ ਦਾ ਪੰਜਾਬੀ ਦਾ ਮਾਸਟਰ ਪੂਰਾ ਹੋ ਗਿਆ ਉਹਦੇ ਘਰੇ ਅਫਸੋਸ ਕਰਨ ਗਏ ਸੀ ਸਾਰੇ ਬੱਚੇ ਵਾਖਰੂ ਪੁੱਤ ਕੀ ਹੋ ਗਿਆ ਉਹਨੂੰ ਹਫ਼ਤਾ ਪਹਿਲਾਂ ਉਹਨੇ ਬੱਚੇ ਤੋਂ ਉੜਾ ਉੜਾ ਪੁੱਛਿਆ ਅੱਛਾ ਕਿਸੇ ਨੂੰ ਆਇਆ ਨਾ ਗੱਲ ਦਿਲ ਤੇ ਲਾ ਗਿਆ ਮਾਸਟਰ ਕਹਿੰਦੇ ਹਾਰਟ ਅਟੈਕ ਆਇਆ ਬੇਬੇ ਤੂੰ ਵੀ ਨਾ ਜ਼ਿਆਦਾ ਗੱਲਾਂ ਦਿਲ ਤੇ ਨਾ ਲਾ ਲਿਆ ਕਰ ਜੇ ਤੈਨੂੰ ਕੁਛ ਹੋ ਗਿਆ ਮੈਂ ਬਾਪੂ ਨੂੰ ਕੀ ਜਵਾਬ ਦਊਂਗਾ ਚੁੱਪ ਕਰ ਬੇ ਕੁਝ ਨਹੀਂ ਹੁੰਦਾ ਮੈਨੂੰ ਤੇਰੇ ਮਾਸਟਰ ਵਰਗਾ ਕਮਜ਼ੋਰ ਦਿਲ ਨਹੀਂ ਹੈਗਾ ਮੇਰਾ ਰੋਟੀ ਬਣੀ ਪਈ ਖਾ ਲਾ ਤੇ ਅੰਦਰ ਜਾ ਕੇ ਸੌਂ ਜਾ ਆ ਦੇ ਫਿਰ ਆਜਾ ਮਿੱਤਰਾ ਗਰਮਾ ਗਰਮ ਪਰੌਂਠੇ ਖਾ ਲੈ ਤੂੰ ਖਾ ਲੈ ਮੈਨੂੰ ਭੁੱਖ ਨਹੀਂ ਕੀ ਹੋਇਆ ਟੀਕਾ ਕਿਉਂ ਲਈ ਜਾਂਦਾ ਸਿਹਤ ਤਾਂ ਠੀਕ ਆ ਤਾਪ ਤਾਂ ਨਹੀਂ ਚੜਿਆ ਦੱਸ ਦੱਸਦਾ ਕਿਉਂ ਨਹੀਂ ਹੱਸੀ ਕਿਉਂ ਜਾਂਦਾ ਬੇਬੇ ਕਹਿੰਦੀ ਆ ਜੇ ਸਿਹਤ ਜ਼ਿਆਦਾ ਖਰਾਬ ਹੋਏ ਨਾ ਡਾਕਟਰ ਨੂੰ ਦਿਖਾ ਲਈਦਾ ਆਪੇ ਨਹੀਂ ਘਰੇ ਤਜਰਬੇ ਕਰੀ ਦੇ ਆਪ ਹੀ ਸਮਝ ਆਪੇ ਉਤਰ ਜਾਓ ਆ ਪੱਖਾ ਤਾਂ ਚਲਾ ਲਿਆ ਕਰ ਇੰਨੀ ਗਰਮੀ ਕੀਤੀ ਹੋਈ ਆ ਨਾਲੇ ਏਸੀ ਕਾਹ ਤਾਂ ਨਹੀਂ ਲਵਾ ਲੈਂਦਾ ਤਾਂ ਬੋਲ ਹੀ ਨਹੀਂ ਰਿਹਾ ਕੁਛ ਵੀ ਇਹਨੂੰ ਕੀ ਹੋ ਗਿਆ ਮੱਥਾ ਤਾਂ ਠੰਡਾ ਪਿਆ ਚੱਲ ਸੌ ਲੈਂਦੇ ਕੁਝ ਮਾਸੂਮ ਰਿਸ਼ਤੇ ਕੁਦਰਤ ਬੜੇ ਗੂੜੇ ਬੁਣ ਦਿੰਦੀ ਹੈ ਇਹਨਾਂ ਦੋਵਾਂ ਦੇ ਵਿੱਚ ਵੀ ਕੁਝ ਐਸਾ ਹੀ ਬੁਣਿਆ ਜਾ ਰਿਹਾ ਸੀ